ਯਾਰ ਸਾਰਾ ਕਹਿੰਦਾ ਤੂੰ ਪਗਲਾ ਨਹੀਂ ਕਹਿ ਦੀ ਯਾਰ ਆ ਡਰਾਈਵਰ ਜੀ ਤੂੰ ਪਗਲਾ ਹੀ ਸਟੇਜ ਤੇ ਬੈਠਿਆ ਜੀ ਵਿੱਚ ਗੱਡੀ ਫੁੱਟ ਵਾਲੀ ਚੜ ਚੱਲੀ ਉਹਦਾ ਜੂੜਾ ਫੜ ਲਿਆ ਨੇ ਬੁਰਾ ਜਸਵੀਰ ਯਾਰ ਬਣਾਉਣੀ ਨੀ ਯਾਰ ਸਾਡੇ ਕੋਲ ਪ੍ਰੂਫ ਕੀ ਆ ਕੀ ਪ੍ਰੂਫ ਸਾਡੇ ਕੋਲ ਤੂੰ ਕਿਹਦਾ ਵੀਡੀਓ ਨਾ ਬਣਾਓ ਤੂੰ ਕਿਹਦਾ ਕਹਿੰਦਾ ਵੀਡੀਓ ਨਾ ਬਣਾਓ ਗੁਰਜੀਤ ਸਿੰਘ ਆਂਦਾ ਵੀਡੀਓ ਨਾ ਬਣਾਓ ਏ ਸਾਡੇ ਕੋਲ ਪ੍ਰੂਫ ਕੀ ਦੱਸੀ ਵੀਡੀਓ ਨੇ ਬਣਾਈ ਇਹਦੇ ਤੁਸੀਂ ਤਾਂ ਆਪਣੀ ਦਾਦਾਗਿਰੀ ਕਰਨ ਡਿਆ ਜੇ ਤੂੰ ਕਿਹਦਾ ਪਗਲਾ ਸੀ ਡਰਾਈਵਰ ਦੀ ਸਟੇਜ ਤੇ ਬੈਠਿਆ ਸੀ ਤੈਨੂੰ ਪਤਾ ਹੈਗਾ ਨਾ ਇੱਕ ਮਿੰਟ ਗੱਡੀ ਚੱਲਾ ਕੀ ਗੱਲ ਹੋਈ ਦੱਸੋ ਗਾੜੀ ਪੱਗ ਲਾਉਂ ਡਰਾਈਵਰ ਦੀ ਝੂਠ ਬੋਲਣਾ ਸਰ ਤੂੰ ਕੱਲਾ ਸੱਜਾ ਯਾਰ ਦੱਸੋ ਭਾਜੀ ਇੱਕ ਮਿੰਟ ਭਾਜੀ ਕੀ ਗੱਲ ਹੋਈ ਦੱਸੋ ਇੱਕ ਮਿੰਟ ਯਾਰ ਇੱਕ ਮਿੰਟ ਯਾਰ ਇਹ ਤਾਂ ਕਾਰਵਾਈ ਹੋਊਗੀ ਤੇ ਫਿਰ ਹੀ ਜਾਮ ਖੋਲਣੇ ਸਾਡੀਆਂ ਕੋਈ ਵੀ ਪੱਗਾਂ ਲਾ ਦੂ ਯਾਰ ਇੱਥੇ ਅਸੀਂ ਮੁਲਾਜ਼ਮ ਨਹੀਂ ਆ ਇਹਨਾਂ ਦੀ ਗੁੰਡਾਗਰਦੀ ਯਾਰ ਭਾਜੀ ਇੱਕ ਮਿੰਟ ਭਾਜੀ ਕੀ ਗੱਲ ਹੋਈ ਆ ਅਸੀਂ ਬੱਸ ਵਿੱਚ ਬੈਠੇ ਸੀਗੇ ਹਾਂਜੀ ਬੱਸ ਪਹਿਲਾਂ ਹੀ ਭਰੀ ਹੋਈ ਸੀ ਹਾਂਜੀ ਇਹਨੇ ਡਰਾਈਵਰ ਨੇ ਬੱਸ ਜਦੋਂ ਨਹੀਂ ਰੋਕੀ ਹਾਂਜੀ ਤਾਂ ਪੁਲਿਸ ਮੁਲਾਜ਼ਮ ਜਿਹੜਾ ਉਹ ਅੱਗੇ ਹੋ ਗਿਆ ਅੱਛਾ ਜੀ ਦੱਸੋ ਨਾ ਵੀ ਸਟਾਫ ਦੇ ਵਿੱਚ ਚੜਾਏ ਨਹੀਂ ਦੱਸਣਾ ਤੁਸੀਂ ਖਲੋ ਯਾਰ ਇੱਕ ਮਿੰਟ ਗੱਲ ਕਰਨ ਦੇ ਨਾ ਸਟਾਫ ਦੇ ਚੜਾਓ ਨਾ ਇਹ ਅੱਗੇ ਹੋ ਗਏ ਡਰਾਈਵਰ ਨੇ ਬ੍ਰੇਕ ਮਾਰੀ ਇੱਕਦਮ ਪਾਸੇ ਦੀ ਕੱਢਣ ਲੱਗਾ ਫੁੱਟਪਾਥ ਪਾਸੇ ਦੀ ਠੀਕ ਆ ਪੁਲਿਸ ਮੁਲਾਜ਼ਮ ਬਾਰੀ ਖੋਲ ਕੇ ਉੱਪਰ ਚੜਿਆ ਚੱਲਦੀ ਬੱਸ ਦੇ ਵਿੱਚ ਡਰਾਈਵਰ ਨੂੰ ਜੂੜਿਓ ਫੜ ਕੇ ਉਹਦੀ ਪੱਗ ਲਾਈ ਆ ਉਹਨੂੰ ਜੂੜਿਓ ਫੜਿਆ ਤੇ ਜੇ ਕੋਈ ਘਟਨਾ ਹੋ ਜਾਂਦੀ ਗੱਡੀ ਆਸ ਪਾਸੇ ਸਵਾਰੀਆਂ ਦੇ ਮਰਨ ਦਾ ਕੌਣ ਜ਼ਿੰਮੇਵਾਰ ਸੀ ਬਿਲਕੁਲ ਅਸੀਂ ਇਹਦਾ ਫਰਜ਼ ਇਹ ਬਣਦਾ ਸੀ ਅਸੀਂ ਨਹੀਂ ਕਹਿੰਦੇ ਆਪਣੀ ਕਾਰਵਾਈ ਕਰਦੇ ਇਹਦਾ ਫਰਜ਼ ਇਹ ਬਣਦਾ ਸੀ ਪਹਿਲਾਂ ਬੱਸ ਨੂੰ ਰੋਕਦੇ ਅੰਦਰ ਬੈਠੀਆਂ ਬੱਸ ਦੇ ਵਿੱਚ ਸਵਾਰੀਆਂ ਦੀ ਸੁਰੱਖਿਆ ਵੀ ਜ਼ਰੂਰੀ ਹੈ ਭਾਜੀ ਸਵਾਰੀਆਂ ਮਰ ਜਾਂਦੇ ਕੋਈ ਗੱਡੀ ਪਾਲੀਆਂ ਦੀ ਕੌਣ ਜ਼ਿੰਮੇਵਾਰ ਸੀ ਥਾਣੇ ਗਾਲੀ ਚੱਲ ਠੀਕ ਹੈ ਥਾਣੇ ਚੱਲ ਕੇ ਤੁਹਾਡੀ ਦਾਦਾਗਿਰੀ ਚੱਲਣੀ ਉਹਦੇ ਇੱਥੇ ਸਦੋ ਜੀ ਨੂੰ ਸੱਦਣਾ ਯਾਰ ਦਾਦਾਗਿਰੀ ਤੇਰੇ ਸਾਹਮਣੇ ਵੀਰ ਮੇਰੀ ਗੱਲ ਸੁਣ ਤੂੰ ਵੀ ਮੁਲਾਜ਼ਮ ਹੈ ਨਾ ਵੀਰ ਜੀ ਦੀ ਗਲਤੀ ਉਹਦੀ